ਤੇ ਦੂ ਮੁਸਾਲੇ ਨੂੰ 2 ਮਹੀਨੇ ਹੋ ਗਏ ਜੁਆਇਨ ਕੀਤੇ ਨੇ ਕਾਂਗਰਸ ਪਾਰਟੀ ਅੱਜ ਤੱਕ ਉਹਨੇ ਅੱਜ ਤੱਕ ਕਿਸੇ ਵੀ ਬੰਦੇ ਨਾਲ ਕੋਈ ਸੰਪਰਕ ਨਹੀਂ ਕੀਤਾ ਅਜੇ ਤੁਸੀਂ ਟਿਕਟ ਲੈਰ ਕਰਨ ਦੀ ਇਹਨਾਂ ਨੂੰ ਇੰਨਾ ਜ਼ਿਆਦਾ ਵਿਰੋਧ ਹੋਣਾ ਵੀ ਅੱਜ ਤੱਕ ਤੁਸੀਂ ਇਹ ਸੋਚ ਲਓ ਜਿੰਨੀ ਪਿਛਲੇ ਵਾਰ ਤਾਂ 22000 ਤੇ ਹਾਰੀ ਕਾਂਗਰਸ ਅੱਜ ਕਿਤਾ 50000 ਤੇ ਹਾਰੂ ਇਹ ਜਿਹੜੇ ਫਿਲਮੀ ਐਕਟਰ ਜਾਂ ਗਾਇਕ ਨੇ ਇਹ ਲੋਕਾਂ 'ਚ ਨਹੀਂ ਵਿਚਰ ਸਕਦੇ ਇਹ ਲੋਕਾਂ ਦੇ ਕੰਮ ਨਹੀਂ ਕਰ ਸਕਦੇ ਨਾਂ ਇਹਨੂੰ ਲੋਕਾਂ ਦੀ ਸਾਰ ਹੈ ਇਹ ਆਪਦੇ ਵੱਡ ਬਣੇ ਜੀ ਇਹਨਾਂ ਦੀਆਂ ਕੁਝ ਹੋਰ ਆਦਤਾਂ ਨੇ ਸਾਂ ਦੇ ਵਿੱਚ ਕਾਂਗਰਸ ਦੀ ਟਿੱਕ ਨੂੰ ਲੈ ਕੇ ਟੱਕਰ ਲਗਾਤਾਰ ਜਾਰੀ ਹੈ ਮਾਨਸਾ ਦੇ ਵਿੱਚ ਟਕਸਾਲੀ ਕਾਂਗਰਸੀਆਂ ਵੱਲੋਂ ਕਾਂਗਰਸ ਦੇ ਖਿਲਾਫ ਮੋਰਚਾ ਖੋਲਿਆ ਗਿਆਗਾ ਕਿ ਸੁਭਦੀਪ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਕਾਂਗਰਸ ਦਾ ਉਮੀਦਵਾਰ ਨਾ ਲਾਨਿਆ ਜਾਵੇ ਜਿਸ ਦਿਨ ਤੋਂ ਸਿੱਧੂ ਮੂਸੇਵਾਲਾ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਉਸ ਦਿਨ ਤੋਂ ਬਗਾਵਤੀ ਸੁਰਾਂ ਲਗਾਤਾਰ ਵੱਜਦੀਆਂ ਜਾ ਰਹੀਆਂ ਨੇ ਕਾਂਗਰਸ ਦੇ ਲਈ ਸਾਡੇ ਨਾਲ ਕੁਝ ਕਾਂਗਰਸੀ ਆਗੂ ਵੀ ਨੇ ਗੱਲ ਕਰਾਂਗੇ ਲਗਾਤਾਰ ਜਿਹੜਾ ਵਿਰੋਧ ਕਰਦੇ ਆ ਰਹੇ ਨੇ ਕੀ ਕਹੋਂਗੇ ਲਗਾਤਾਰ ਕਾਂਗਰਸ ਦੇ ਵਿੱਚ ਜਿਹੜੀ ਬਗਾਵਤ ਵੱਧਦੀ ਜਾ ਰਹੀ ਹੈ ਮਾਨਸਾ ਦੇ ਵਿੱਚ ਟਿਲਟ ਨੂੰ ਲੈ ਕੇ ਦੇਖੋ ਜੀ ਅਸੀਂ ਕੋਈ ਮੂਸੇ ਵਾਲੇ ਨੂੰ ਕੋਈ ਇਹ ਨਹੀਂ ਕਹਿੰਦੇ ਵੀ ਉਹ ਮਾੜਾ ਵਧੀਆ ਸਾਡੇ ਮਾਨਸਾ ਲੱਕੇ ਦਾ ਉਹਨੇ ਨਾਂ ਰੋਸ਼ਨ ਕੀਤਾ ਕਿ ਕਿਦੇ ਵਿੱਚ ਪਰ ਜਿਹੜਾ ਹੁਣ ਅੱਜ ਦੇ ਅਸੀਂ ਮਾਹੌਲ ਦੇ ਵਿੱਚ ਆ ਵੀ ਉਹਨੂੰ ਟਿਕਟ ਦੇਣਾ ਜਾਂ ਕਿਸੇ ਦਾ ਹੱਕ ਮਾਰਨਾ ਅਸੀਂ ਇਹੀ ਸਾਰੇ ਵਰਕਰਾਂ ਦੀਆਂ ਵੀ ਬਹੁਤ ਚਿਰਾਂ ਤੋਂ ਮੰਗਾਂ ਨੇ ਬਹੁਤ ਅਸੀਂ ਲਾ ਰਹੇ ਹਾਂ ਹਾਈ ਕਮਾਂਡ ਨੂੰ ਵੀ ਅਸੀਂ ਲਿਖਤੀ ਤੌਰ ਤੇ ਵੀ ਅਸੀਂ ਜਦੋਂ ਵੀ ਕਿਤੇ ਕੋਈ ਸਾਡੀ ਗੱਲਬਾਤ ਹੁੰਦੀ ਹੈ ਹਾਈ ਕਮਾਂਡ ਦੇ ਅਸੀਂ ਧਿਆਨ ਚ ਲਿਆਉਂਦੇ ਆ ਵੀ ਸਾਨੂੰ ਕੋਈ ਇਹੋ ਜਿਹਾ ਲੋਕਲ ਲੀਡਰ ਦਿਓ ਜੋ ਮਾਨਸਾ ਦੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਖੜਾ ਹੋਵੇ ਸਾਰੇ ਵਰਕਰਾਂ ਦੀ ਪਿੰਡਾਂ ਦੇ ਵਿੱਚ ਇਹੀ ਹੈ ਕਿ ਸਾਨੂੰ ਕੋਈ ਇਹ ਨਹੀਂ ਹੈਗਾ ਕਿ ਅਸੀਂ ਮੂਸੀਆਲੇ ਦਾ ਵਿਰੋਧ ਕਰਦੇ ਆ ਸਾਨੂੰ ਇਹ ਹੈ ਵੀ ਕੋਈ ਸਾਡੇ ਜਿਹੜਾ ਕੋਈ ਹਲਕੇ ਦਾ ਕੈਂਡੀਡੇਟ ਦਿੱਤਾ ਜਾਵੇ ਤਾਂ ਜੋ ਅਸੀਂ ਕਾਂਗਰਸ ਦੀ ਇਹ ਸੀਟ ਮਾਨਸਾ ਜਿੱਤ ਕੇ ਅਸੀਂ ਹਾਈ ਕਮਾਂਡ ਦੀ ਝੋਲੀ ਪਾ ਸਕੀਏ ਅਗਰ ਨਹੀਂ ਟਿਕਟ ਹੋਰ ਕਿਸੇ ਉਮੀਦਵਾਰ ਨੂੰ ਮਿਲਦੀ ਸਿੱਧੂ ਮੁਸੇਵਾਲਾ ਨੂੰ ਮਿਲਦੀ ਤਾਂ ਸਾਰੇ ਵਰਕਰ ਜਾਂ ਜਿਹੜੇ ਆਗੂ ਚੱਲੋਗੇ ਨਾਲ ਨਹੀਂ ਜੀ ਫੇਰ ਤਾਂ ਸਾਡਾ ਤਾਂ ਕੋਈ ਮਕਸਦ ਹੀ ਨਹੀਂ ਰਿਹਾ ਸਾਡੇ ਕੋਈ ਉਹ ਅੱਜ ਤੱਕ ਸਾਡੇ ਵਰਕਰਾਂ ਨਾਲ ਪਿੰਡਾਂ 'ਚ ਜਾ ਕੇ ਉਹਨੇ ਕੋਈ ਪਹੁੰਚ ਨਹੀਂ ਕੀਤੀ ਜਾਂ ਕੋਈ ਉਹਨੇ ਕੋਈ ਵਿਕਾਸ ਨਹੀਂ ਕੋਈ ਪਿੰਡ ਨਹੀਂ ਅੱਜ ਮੌਕੇ ਤੇ ਆ ਕੇ ਜੇ ਅੱਜ ਉਹ ਹਾਈ ਕਮਾਂਡ ਸਾਡੇ ਤੇ ਉਹ ਥੋਪਦੇ ਆ ਅਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਜੋ ਵੀ ਅਸੀਂ ਜਿੰਨਾ ਵੀ ਹੋ ਸਕਿਆ ਅਸੀਂ ਸਾਡੀ ਜੋ ਵੀ ਸਾਡੇ ਹਲਕੇ ਦੀ ਜੋ ਆਗੂ ਨੇ ਉਹਦਾ ਫੈਸਲਾ ਹੋਊਗਾ ਅਸੀਂ ਉਹ ਤੁਹਾਨੂੰ ਦੱਸ ਹੀ ਦੇਵਾਂਗੇ ਜੀ ਕੀ ਕਹੋਗੇ ਜੀ ਇੰਨੀ ਬਗਾਵਤੀ ਸੁਰਾਂ ਕਿਉਂ ਆਪਣੀ ਹੀ ਜਿਹੜੀ ਪਾਰਟੀ ਦੇ ਖਿਲਾਫ ਲਗਾਤਾਰ ਬਦਰੀਆਂ ਨੇ ਗਿਆ ਤੁਹਾਡੇ ਸਿੱਧੂ ਮੂਸਾ ਵਾਲੀ ਨੂੰ 2 ਮਹੀਨੇ ਹੋ ਗਏ ਜੁਆਇਨ ਕੀਤਾ ਨੂੰ ਕਾਂਗਰਸ ਪਾਰਟੀ ਅੱਜ ਤੱਕ ਉਹਨੇ ਅੱਜ ਤੱਕ ਕਿਸੇ ਵੀ ਬੰਦੇ ਨਾਲ ਕੋਈ ਸੰਪਰਕ ਨਹੀਂ ਕੀਤਾ ਮੈਂ ਮ्युनਿਸਪਲ ਕਮੇਟੀ ਦਾ ਸੀਨੀਅਰ ਵਾਈਸ ਪ੍ਰਧਾਨ ਆ ਅਸੀਂ ਪੰਜ ਸੱਤ ਅਸੀਂ ਜਿੰਨੇ ਵੀ ਕਾਂਗਰਸੀ ਐਮਸੀ ਐ ਕਿਸੇ ਨਾਲ ਉਹਦਾ ਕੋਈ ਰਾਫਤਾ ਨਹੀਂ ਅੱਜ ਤੱਕ 2 ਮਹੀਨੇ ਹੋ ਗਏ ਹੋਇਆ ਇਹ ਜਿਹੇ ਬੰਦੇ ਨੂੰ ਅਸੀਂ ਕੀ ਉਰੇ ਜਿੱਤਾ ਕੇ ਭੇਜਾਂ ਕੀ ਇਹ ਲੋਕਾਂ ਦੇ ਕੰਮ ਕਰੂਗਾ ਮੇਰਾ ਤਾਂ ਅਬ ਸਰਕਾਰ ਨੂੰ ਇਹੀ ਬੇਨਤੀ ਹੈ ਸਾਡੀ ਕਾਂਗਰਸ ਪਾਰਟੀ ਨੂੰ ਵੀ ਤਕਸਾਲੀ ਪਰਵਾ ਜਿਵੇਂ ਗਾਗੋਵਾਲ ਪਰਿਵਾਰ ਹੈ ਦੋ ਵਾਰ ਉਹ ਰ ਐਮਐਲਏ ਰਹ ਚੁੱਕੇ ਆ ਇੱਕ ਵਾਰ ਕੈਬਨਿਟ ਮਨਿਸਟਰ ਰਹ ਚੁੱਕੇ ਆ ਜਿਹੜੇ ਲੋਕਾਂ ਦੇ ਦੁੱਖ ਸੁੱਖ ਚ ਰਹ ਵਿਚਰਦੇ ਆ ਵੀ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਇਹ ਜੇ ਬੰਦੇ ਨੂੰ ਪੈਰਾਸ਼ੂਟ ਨਹੀਂ ਨਾ ਦਿੱਤਾ ਜਾਵੇ ਕਿਉਂਕਿ ਜਿੱਤ ਸਕਦਾ ਨਹੀਂਗਾ ਇਹਦੀ ਫੀਡਬੈਕ ਲਿਆ ਜਾਵੇ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਗਾਗੋਵਾਲ ਪਰਵਾ ਨੂੰ ਟਿਕਟ ਦਿੱਤੀ ਜਾ ਸਿੱਧੂ ਮੁਸੇਵਾਲਾ ਕਹਿੰਦਾ ਮੈਂ ਵਿਕਾਸ ਕੰਮ ਕਰਵਾਉਣ ਲਈ ਪਾਰਟੀ 'ਚ ਆ ਜਾਗਾ ਮੈਂ ਪਿੰਡ ਦੇ ਵਿਕਾਸ ਕਰਵਾਏ ਨੇ ਪਹਿਲਾਂ ਨਾਮ ਵੀ ਰੋਸ਼ਨ ਕੀਤਾਗਾ ਪੂਰੇ ਜ਼ਿਲ੍ਹੇ ਦਾ ਵੀ ਹੁਣ ਵੀ ਵਿਕਾਸ ਕਰਵਾਉਂ ਹਰ ਨੂੰ ਨਾਲ ਲੈ ਕੇ ਚੱਲ ਰਹੇ ਆ ਉਹ ਬਾਰ-ਬਾਰ ਇਹੀ ਕਹਿੰਦੇ ਕੋਈ ਵਿਕਾਸ ਨਹੀਂ ਹੋਣਾ ਜੀ ਇਹ ਸੀਟ ਲੜ ਕੇ ਕਦੇ ਗਾਇਕੀ ਦੇ ਵਿੱਚ ਹੈਗਾ ਦੇਖੋ ਕੋਈ ਕੈਨੇਡਾ ਕੋਈ ਕਿਤੇ ਲੋਕਾਂ ਚ ਨਾ ਇਹ ਵਿਚਰ ਸਾਹ ਜਦੋਂ 2 ਮਹੀਨੇ ਹੋ ਗਏ ਇਹਨੂੰ ਪਾਰਟੀ ਸ਼ਾਮਲ ਹੋਈ ਅੱਜ ਤੱਕ ਕਿਤੇ ਨਾਲ ਰਾਫਤਾ ਨਹੀਂ ਜਿੱਤ ਕਿਦਾਂ ਇਹਨੇ ਕੀ ਇਹਨੇ ਲੋਕਾਂ ਨਾਲ ਰਾਫਤਾ ਕਰਨਾ ਅਸੀਂ ਤਾਂ ਇਹਨੂੰ ਐਕਸੈਪਟ ਨਹੀਂ ਕਰਦੇ ਅਸੀਂ ਪੂਰ ਜ਼ੋਰ ਇਹਦੀ ਵਿਰੋਧਤਾ ਕਰਾਂਗੇ ਚਾਹੇ ਸਾਨੂੰ ਕੋਈ ਕਿੱਥੋਂ ਹੱਥ ਤੱਕ ਗੁਜਣਾ ਪਵੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਹੋ ਹਰ ਵਾਰ ਇੱਥੇ ਇਹੀ ਹੁੰਦਾਗਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਨੇ ਤਾਂ ਬਗਾਵਤੀ ਸੁਰਾਂ ਲਗਾਤਾਰ ਵੱਧਦੀਆਂ ਨਹੀਂ ਗਿਆ ਪਾਰਟੀ ਦੇ ਲਈ ਕਦੇ ਇਸ ਤਰ੍ਹਾਂ ਇਹ ਅੱਜ ਤੱਕ ਕਦੇ ਵੀ ਜਦੋਂ ਵੀ ਕਾਂਗਰਸ ਪਾਰਟੀ ਨੇ ਕੋਈ ਧੱਕਾ ਕੀਤਾ ਜਿਵੇਂ ਤੁਸੀਂ 2017 ਚ ਲਾ ਲਓ ਉਦੋਂ ਵੀ ਬਾਹਰੋਂ ਕੈਂਡੀਡੇਟ ਲੈ ਕੇ ਖੜਾ ਕਰਤੇ ਇਹਨਾਂ ਨੇ ਹੁਣ ਫੇਰ ਇਹਨਾਂ ਨੇ ਬਾਹਰੋਂ ਕੈਂਡੀਡੇਟ ਲੈ ਕੇ ਖੜਾ ਕਰਤਾ ਜਿੱਤੇ ਇਸ ਦਾ ਖਿਮਿਆਜਾ ਤੱਕ ਪਾਰਟੀ ਨੂੰ ਭੁੱਤ ਨਹੀਂ ਭੂਗਣਾ ਜਦੋਂ ਕੋਈ ਵਰਕਰ ਲਗਾਤਾਰ 20 ਸਾਲ ਤੋਂ 30 ਸਾਲ ਤੋਂ ਕੰਮ ਕਰ ਰਿਹਾ ਹੈ ਉਹਨੂੰ ਟਿਕਟ ਨਹੀਂ ਮਿਲਦੀ ਉਹ ਲੋਕਾਂ ਦਾ ਕੰਮ ਕਿਵੇਂ ਕਰੂਗਾ ਫਿਰ ਜਿਹੜੇ ਲੋਕ ਨੇ ਸਾਡੇ ਕੋਲ ਨਹੀਂ ਹੋਣਗੇ ਕੰਮ ਵਸਦੇ ਅਸੀਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਇਸ ਕਰਕੇ ਅਸੀਂ ਤਾਂ ਸਰਕਾਰ ਨੂੰ ਹਾਈ ਕਮਾਂਡ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਜੋ ਸਾਡਾ ਟਕਸਾਲੀ ਪਰਿਵਾਰ ਇਥੇ 30 ਸਾਲ ਤੋਂ ਲੱਗਿਆ ਹੋਇਆ ਸੇਵਾ ਕਰਨ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਉਹਨਾਂ ਨੂੰ ਡਟ ਦਿੱਤੀ ਜਾਵੇ ਅਗਰ ਵਰਨਾ ਪਾਰਟੀ ਨਹੀਂ ਸੋਚਦੀ ਇਹ ਗੱਲ ਤਾਂ ਅਸੀਂ ਜੱਜ ਕੇ ਜੋ ਵੀ ਇਹ ਡਿਸੀਜਨ ਲੈ ਰਹੇ ਨੇ ਸਿੱਧੂ ਮੁਸੇਲ ਦਾ ਅਸੀਂ ਜੱਜ ਕੇ ਦਾ ਵਿਰੋਧ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਗਾਗੋਵਾਲ ਪਰਿਵਾਰ ਨੇ ਮੋਰਚਾ ਖੋਲਿਆ ਉਸ ਤੋਂ ਬਾਅਦ ਸਿੱਧੂ ਮੁਸੇਵਾਲ ਦੇ ਖਿਲਾਫ ਚੁਸਪਿੰਦਰ ਨੇ ਤੇ ਕੱਲ ਜਿਹੜਾ ਮਾਨਸਾ ਦੇ ਵਿਧਾਇਕ ਨੇ ਵੀ ਮੋਰਚਾ ਖੋਲਿਆਗਾ ਲੱਗਦਾ ਨਹੀਂ ਲਗਾਤਾਰ ਜਿਹੜੇ ਵਿਰੋਧ ਹੋ ਰਿਹਾਗਾ ਵੀ ਨੁਕਸਾਨ ਹੋਗਾ ਹਜੇ ਤਾਂ ਵਿਰੋਧ ਕੁਝ ਵੀ ਨਹੀਂ ਹੋਇਆ ਛਟੜ ਜੀ ਜਿੰਨਾ ਸ਼ਹਿਰ ਹੈ ਸਾਰਾ ਸਾਰਾ ਕਾਂਗਰਸੀ ਸ਼ਹਿਰ ਹੈਗਾ ਜਿੰਨੇ ਪਿੰਡਾਂ ਦੇ ਵਰਕਰ ਨੇਗੇ ਹਜੇ ਤੁਸੀਂ ਟਿਕਟ ਰਿਲੀਅਰ ਕਰਨ ਦੇ ਇਹਨਾਂ ਨੂੰ ਇੰਨਾ ਜ਼ਿਆਦਾ ਵਿਰੋਧ ਹੋਣਾ ਵੀ ਅੱਜ ਤੱਕ ਤੁਸੀਂ ਇਹ ਸੋਚ ਲਓ ਜਿੰਨੀ ਪਿਛਲੇ ਵਾਰ ਤਾਂ 22000 ਤੇ ਹਾਰੀਏ ਕਾਂਗਰਸ ਐਸੀ ਕਿ 50000 ਤੇ ਹਾਰੂ ਜੇ ਇਹ ਮਸਲਾ ਰ ਅਸਤੇ ਇਹੀ ਬੇਨਤੀ ਕਰਦੇ ਆ ਵੀ ਜੋ ਤੁਸੀਂ ਸਰਵੇ ਕਰਾ ਲਓ ਜਿਹੜਾ ਵੀ ਟਕਸਾਲੀ ਪਰਿਵਾਰ ਇਥੋਂ ਮਿਹਨਤ ਕਰਦਾ ਜਾਂ ਲੋਕਾਂ ਦੇ ਵਿਚਰਦਾ ਉਹਨੂੰ ਟਿਕਟ ਦਿੱਤੀ ਜਾਵੇ ਬਰਨਾਂ ਕਿਸੇ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇੱਕ ਕੱਲ ਬੜੀ ਫੋਟੋ ਵਾਇਰਲ ਹੋ ਰਹੀ ਆ ਕਿ ਗਾਗੋਬਾਲ ਪਰਿਵਾਰ ਤੇ ਸਿੱਧੂ ਮੂਸੇਵਾਲਾ ਦਾ ਆਪਸੀ ਸਮਝੌਤਾ ਕਰਵਾ ਦਿੱਤਾ ਗਿਆ ਹੈ ਹਾਈ ਕਮਾਂਡ ਦੇ ਨਮਜੋਤ ਸਿੱਧੂ ਦੇ ਕੋਲ ਜਿਹੜੇ ਬੈਠਾਂ ਦੀ ਫੋਟੋ ਕੀ ਹੈਗੀ ਆ ਉਹ ਸਚਾਈ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਉਹ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਨੇ ਸਰਦਾਰ ਨਮਜੋਤ ਸਿੰਘ ਸਿੱਧੂ ਜੀ ਉਹਨਾਂ ਨੇ ਮੈਕਲਗਾ ਗੋਲ ਨੂੰ ਬੁਲਾਇਆ ਸੀ ਉੱਥੇ ਸੌਧੀ ਸਿੱਧੂ ਵੀ ਸੀ ਇੱਠੇ ਬੈਠਣ ਨਾਲ ਕੋਈ ਸਮਝੌਤੇ ਨਹੀਂ ਹੋ ਜਾਂਦੇ ਪਰ ਉਹ ਦੋ ਟੁਕ ਫੈਸਲਾ ਮਾਈਕਲ ਗਾਗੋਲ ਨੇ ਪਹਿਲਾਂ ਵੀ ਕੀਤਾ ਅਸੀਂ ਟਕਟਾਲੀ ਕਾਂਗਰਸੀ ਆ ਜੋ ਸਿੱਧੂ ਮੂਸੇਵਾਲ ਹੈ ਇਹ ਕੱਲ ਆਇਆ ਹੈ ਪਾਰਟੀ ਜੁਆਇਨ ਕੀਤਾ ਹੈ ਇੱਕ ਆਮ ਮੈਂਬਰ ਹੈ ਮੈਂਬਰਸ਼ਿਪ ਹੈ ਤੇ ਮੈਂ ਵੀ ਪਹਿਲਾਂ ਸਰਵਿਸ ਕਰਦਾ ਮੈਂ ਬੁੱਢ ਤੋਂ ਕਾਂਗਰਸੀ ਪਰਿਵਾਰਾਂ ਸੀ ਜੋ ਗਾਗੋਲ ਪਰਿਵਾਰ ਨੇ ਟਕਸਾਲੀ ਕਾਂਗਰਸੀ ਗਾਗੋਲ ਸਾਹਿਬ ਤਿੰਨ ਵਾਰ ਐਮਐਲਏ ਜਿੱਤੇ ਰਾਜ ਮੰਤਰੀ ਰਹੇ ਜੋ ਲੋਕਾਂ 'ਚ ਹਲਕੇ ਜਿ ਮਾਨਸਾ ਹਲਕੇ ਜਿ ਗਾਗੋਲ ਪਰਿਵਾਰ ਦੀ ਬੈਲਗੁੱੜਾ ਹੈ ਜਾਂ ਲੋਕਾਂ 'ਚ ਵਿਚਰਨ ਦਾ ਦੁੱਖ ਸੋਖ ਦੇ ਸਿਰੀ ਨੇ ਜਿੱਥੋਂ ਤੱਕ ਇਹਨਾਂ ਦੇ ਪਿੰਡ ਦੀ ਸਰਪੰਚੀ ਦੀ ਗੱਲ ਵੀ ਚੱਲੀ ਹੈ ਵੀ ਪਿੰਡ ਸਰਪੰਚ ਨੇ ਪਹਿਲੀ ਗੱਲ ਤਾਂ ਇਹਨਾਂ ਦਾ ਜਿਹੜਾ ਪੂਸਾ ਪਿੰਡ ਆ ਉਹ ਹਲਕਾ ਸਰਦੂਰਗੜ ਦੇ ਵਿੱਚ ਪੈਂਦਾ ਹੈ ਮਾਨਸਾ ਹਲਕੇ ਨਾਲ ਕੋਈ ਤਾਲਕ ਨਹੀਂ ਬਾਕੀ ਸਾਡਾ ਪਿੰਡ ਗਾਗੋੜ ਨਾਲ ਗੁਆਂਢ ਹੈ ਸਾਡੇ ਖੇਤਾਂ ਦੇ ਗੁਆਂਢ ਹੈ ਸਾਡੇ ਪਿੰਡ ਇਹਨਾਂ ਦਾ ਖੇਤ ਹੈ ਉਹ ਸਰਪੰਚੀ ਤੁਸੀਂ ਪਿੰਡ ਜਾ ਕੇ ਪਤਾ ਕਰ ਸਕਦੇ ਹੋ ਵੀ ਕਿੰਨੀ ਕਿੰਨੇ ਦੀ ਪਹੁੰਚ ਹੈ ਅੱਜ ਜੇ ਮੈਂਬਰ ਖੜਾ ਹੋ ਜੇ ਨਾ ਪਿੰਡ 'ਚ ਮੈਂਬਰ ਆਲ ਉਹਦਾ ਬਾੜ ਬਣੇ ਹੋਏ ਨੇ ਪਿੰਡਾਂ 'ਚ ਪਰ ਜੇ ਆਲ ਪਿੰਡ ਦੀ ਵੋਟ ਪਵਾ ਲਈ ਕੁੱਲ ਪਿੰਡ ਦੀ VOTING ਮੈਂਬਰਸ਼ਿਪ ਦੇ ਵਾਲੀ ਮੈਂਬਰ ਜੇਤਨ ਦੇ ਚਾਂਸ ਨਹੀਂ ਇੰਨਾ ਵਿਕਾਸ ਪਿੰਡ ਦੀ ਕੀਤਾ ਤੇ ਮਾਨਸਾ ਹਲਕੇ ਦਾ ਕੀ ਵਿਕਾਸ ਕਰ ਦੂ ਜੀ ਐਮਐਲ ਬਣ ਕੇ ਪਹਿਲਾਂ ਜਿਵੇਂ ਆਪਣੇ ਉਹ ਜਿੱਤੇ ਨਹੀਂ ਸਣੀ ਦੇ ਹੋਲ ਦੀ ਜਾਂ ਹੋਰ ਹੈ ਇਹ ਜਿਹੜੇ ਫਿਲਮੀ ਐਕਟਰ ਜਾਂ ਗਾਇਕ ਨੇ ਇਹ ਲੋਕਾਂ ਚ ਨਹੀਂ ਵਿਚਰ ਸਕਦੇ ਇਹ ਲੋਕਾਂ ਦੇ ਕੰਮ ਨਹੀਂ ਕਰ ਸਕਦੇ ਨਾਂ ਨੂੰ ਲੋਕਾਂ ਦੀ ਸਾਰ ਹੈ ਇਹ ਆਪਦੇ ਵੱਡ ਬਣੇ ਜੀ ਇਹਨਾਂ ਦੀਆਂ ਕੁਝ ਹੋਰ ਆਦਤਾਂ ਨੇ ਇਹ ਲੀਡਰੀ ਦੇ ਲੈਕ ਨਹੀਂ ਹੈ ਨਾ ਸਮਾਜ ਸੇਵੀ ਕੰਮਾਂ ਦੇ ਲੈਕ ਨਹੀਂ ਇਹ ਲੋਕ ਅਗਰ ਕਿਸੇ ਟਕਸਾਲੀ ਨੂੰ ਜਾਂ ਪੁਰਾਣਾ ਕੰਮ ਕਰ ਰਿਹਾ ਕੋਈ ਵੀ ਵਰਕਰ ਹੋਵੇ ਉਹਨੂੰ ਟਿਕਟ ਦਿੰਦੀ ਆ ਪਾਰਟੀ ਤਾਂ ਸਾਰੇ ਬੰਦੇ ਤੁਸੀਂ ਉਹਦੇ ਨਾਲ ਤੁਰੋ ਹਾਂ ਜੀ ਪਾਰਟੀ ਜੋ ਟਕਸਾਲੀ ਹੈ ਜਾਂ ਪਾਰਟੀ ਜੀ ਦੀ ਕਦਰ ਕਰਦੀ ਹੈ ਜਾਂ ਪਾਰਟੀ ਨੂੰ ਵੇਖਣਾ ਹੈ ਪਾਰਟੀ ਸਰਵੇ ਕਰੇ ਵੀ ਵਰਕਰ ਕਿਹਦੇ ਨਾਲ ਨੇ ਜਾਂ ਕੰਮ ਕੀਨੇ ਕੀਤਾ ਹੈ ਮੁਰ ਤੋਂ ਲੈ ਕੇ ਤਾਂ ਫਿਰ ਤਾਂ ਵਰਕਰ ਆਪੇ ਤੁਰਨ ਲਈ ਮਜਬੂਰ ਹੋ ਜਾਂਦੇ ਨੇ ਵਰਕਰ ਨੂੰ ਤੁਰਨਾ ਹੀ ਪੈਣਾ ਜੀ ਵਰਕਰ ਨੇ ਤੁਰਨਾ ਹੈ ਜੇ ਸਹੀ ਚੋਣ ਹੁੰਦੀ ਹੈ ਸਹੀ ਟਿਕਟ ਦਿੱਤੀ ਜਾਂਦੀ ਹੈ ਤਾਂ ਵਰਕਰ ਤੁਰਨਗੇ ਜੀ ਉਸ ਨਾਲ ਤਾਂ ਬਿਲਕੁਲ ਮਾਨਸਾ ਦੇ ਵਿੱਚ ਹਲਕਾ ਮਾਨਸਾ ਤੋਂ ਕਾਂਗਰਸ ਦੀ ਟਿਕਟ ਨੂੰ ਲੈ ਕੇ ਲਗਾਤਾਰ ਬਗਾਵਤੀ ਸੁਰਾਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਪਹਿਲਾਂ ਸਾਬਕਾ ਮੰਤਰੀ ਸਿਰਸਿੰਘ ਗਾਗੋਵਾਲ ਦੇ ਪਰਿਵਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਖਿਲਾਫ ਮੋਰਚਾ ਖੋਲਿਆ ਗਿਆ ਸੀ ਤੇ ਉਸ ਤੋਂ ਬਾਅਦ ਮਾਨਸਾ ਜੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰ ਵੀਰ ਪਪਾਲ ਵੱਲੋਂ ਤੇ ਕੱਲ ਮਾਨਸਾ ਦੇ ਵਿਧਾਇਕ ਵੱਲੋਂ ਵੀ ਸਿੱਧੂ ਮੂਸੇਵਾਲਾ ਦੀ ਮਾਨਸਾ ਤੋਂ ਟਿੱਟ ਦੀ ਚਰਚਾ ਨੂੰ ਲੈ ਕੇ ਮੋਰਚਾ ਖੋਲ ਦਿੱਤਾ ਗਿਆਗਾ ਕਿਤੇ ਨਾ ਕਿਤੇ ਕਾਂਗਰਸ ਦੇ ਖਿਲਾਫ ਲਗਾਤਾਰ ਬਗਾਵਤੀ ਸੁਰਾਂ ਮਾਨਸਾ ਦੇ ਵਿੱਚ ਵੱਧ ਰਹੀਆਂ ਨੇ ਕਿਉਂਕਿ ਸਿੱਧੂ ਮੂਸੇਵਾਲਾ ਨੋਟ ਟਿਕਟ ਦੇਣ ਤੋਂ ਲਗਾਤਾਰ ਸਿੱਧੂ ਮੂਸੇਵਾਲਾ ਦਾ ਵਿਰੋਧ ਜਿਹੜਾ ਇੱਥੇ ਮਾਨਸਾ ਤੋਂ ਕੀਤਾ ਜਾ ਰਿਹਾ ਹੈਗਾ ਉਹਨਾਂ ਦਾ ਕਹਿਣਾ ਹੈਗਾ ਕਿ ਮਾਨਸਾ ਤੋਂ ਕਿਸੇ ਟਕਸਾਲੀ ਕਾਂਗਰਸੀ ਨੂੰ ਹੀ ਟਿਕਟ ਦੇ ਕੇ ਨਵਾਜਿਆ ਜਾਵੇ ਤਾਂ ਹੀ ਮਾਨਸਾ ਤੋਂ ਕਾਂਗਰਸ ਜਿੱਤ ਸਕੇਗੀ ਨਹੀਂ ਕਾਂਗਰਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਂਗਰਸ ਪਾਰਟੀ ਕਿਸ ਉਮੀਦਵਾਰ ਨੂੰ ਮਾਨਸਾ ਦੇ ਵਿੱਚੋਂ ਚੋਣ ਮੈਦਾਨ ਦੇ ਵਿੱਚ ਉਤਾਰਦੀ ਆ ਕੈਮਰਾਮੈਨ ਨikhil ਦੇ ਨਾਲ ਅਮਰਜੀਤ ਸਿੰਘ ਜਗਬਰਨੀ ਟੀਵੀ ਮਾਨਸਾ ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਨੀ ਟੀਵੀ ਦੇ ਇੰਸਟਾਗ੍ਰam ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ મિતਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਧੰਨਵਾਦ